ਬੁੱਧਵਾਰ ਰਾਤ ਮੋਗਾ ਵਿੱਚ ਚੰਡੀਗੜ੍ਹ ਪੁਲਿਸ ਹੱਥੋਂ ਮੁੱਠਭੇੜ ਦੇ ਦੌਰਾਨ ਮਾਰੇ ਗਏ ਦੋ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਇਨਸਾਫ਼ ਦੀ ਗੁਹਾਰ ਲਗਾ ਰਹੇ ਨੇ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਉੱਤੇ ਨਾ ਇਨਸਾਫ਼ੀ ਦੇ ਦੋਸ਼ ਲਾਏ ਨੇ ਅਤੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਮੌਕੇ ਉੱਤੇ ਪਹੁੰਚੇ ਏਡੀਸੀ ਮਹਿੰਦਰਪਾਲ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਦਰਜ ਇੱਕ ਮਾਮਲੇ ਵਿੱਚ ਰਿੰਕੂ ਅਤੇ ਉਸ ਦੇ ਦੋਸਤ ਦਾ ਨਾਮ ਸੀ। ਚੰਡੀਗੜ੍ਹ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਆਈ ਤਾਂ ਮੁੱਠਭੇੜ ਦੇ ਦੌਰਾਨ ਦੋਹਾਂ ਦੀ ਮੌਤ ਹੋ ਗਈ ਅਤੇ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਸਨ। ਦੂਜੇ ਪਾਸੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਬੇਟਿਆਂ ਨੂੰ ਮਾਰਿਆ ਗਿਆ ਅਤੇ ਉਹਨਾਂ ਇਨਸਾਫ਼ ਦੀ ਮੰਗ ਕੀਤੀ ਹੈ। ਇਹ ਜਿਹੜਾ ਹਮਲਾ ਹੋਇਆ ਨਾ, ਇਹ ਹਮਲਾ ਹੋਇਆ ਪੁਲਿਸ ਦੀ ਸਾਜ਼ਿਸ਼ ਨਾਲ। ਪੁਲਿਸ ਸੀਗੀ ਸਿਵਲ ਵਰਦੀ 'ਚ, ਇਹਨਾਂ ਨੇ ਜਿਹੜਾ ਉਹਨਾਂ ਦੇ ਕਾਰਵਾਈ ਕੀਤੀ ਆ, ਗੋਲੀਆਂ ਚਲਾਈਆਂ। ਉਹ ਕੋਈ ਅੱਤਵਾਦੀ ਤਾਂ ਹੈ ਨਹੀਂ ਸੀਗਾ ਵੀ ਜਿਹੜੀ ਇਹਨਾਂ ਨੂੰ ਚਲਾ ਦਿੱਤੀਆਂ। ਠੀਕ ਹੈ ਭਾਅ ਜੀ, ਜਿਹੜੇ ਥਾਣੇ ਦੀ ਪੁਲਿਸ ਸੀਗੀ ਇਹ ਜੀ, ਥਾਣੇ ਦਾ ਤਾਂ ਸਾਨੂੰ ਕੋਈ ਪਤਾ ਹੀ ਨਹੀਂ ਕਿਹੜੇ ਥਾਣੇ ਦੀ ਸੀਗੀ, ਇਸ ਚੀਜ਼ ਬਾਰੇ ਨਹੀਂ ਸਾਨੂੰ ਪਤਾ। ਅਤੇ ਪੁਲਿਸ ਨੇ ਜਿਹੜੀਆਂ ਗੋਲੀਆਂ ਚਲਾਈਆਂ, ਨਜਾਇਜ਼ ਚਲਾਈਆਂ, ਜਿਵੇਂ ਮੰਨ ਲਓ ਵੀ ਅੱਤਵਾਦੀ ਹੈ, ਅੱਤਵਾਦੀਆਂ 'ਤੇ ਵੀ ਅੱਜ ਤੱਕ ਇਹੋ ਜਿਹਾ ਕੰਮ ਨਹੀਂ ਹੋਇਆ ਜਿਹੜਾ ਇਹਨਾਂ ਨੇ ਕੀਤਾ। ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਦਰਜ ਸੀ ਗੁਰੂ ਤੇ ਜੀ? ਨਹੀਂ ਜੀ, ਕੋਈ ਮਾਮਲਾ ਨਹੀਂ ਹੋਇਆ ਦਰਜ, ਨਾ ਕਿਤੇ ਵੀ ਹੈ ਨਹੀਂ। ਇਹਦੇ ਬਾਰੇ ਪਰਚਾ ਰਜਿਸਟਰ ਕਰ ਲਿਆ ਗਿਆ ਪੁਲਿਸ ਵੱਲੋਂ, ਔਰ ਇਹਦੀ ਮੈਜਿਸਟਰੇਟ ਦੀ ਇਨਕੁਆਇਰੀ ਆਰਡਰ ਹੋ ਗਈ ਆ, ਅਤੇ ਮੈਜਿਸਟਰੇਟ ਦੀ ਇਨਕੁਆਇਰੀ 'ਚ ਜੋ ਫਾਈਨਿੰਗ ਹੋਣਗੇ ਉਸ ਮੁਤਾਬਕ ਅਗਲੀ ਕਾਰਵਾਈ ਹੋਣੀ ਚਾਹੀਦੀ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।